ज़िला फिरोजपुर में सरहदी गांव हुसैनी वाला, जहां के लोग इन दिनों कैंसर के खौफ में अपनी ज़िंदगी गुजार रहे हैं। जहां पिछले कुछ समय के दौरान ही 15 से 16 लोग कैंसर होने की वजह से अपनी जान गंवा चुके हैं और ना जाने अभी भी कितने लोग कैंसर जैसी भयानक बीमारी से प्रताड़ित इलाज के लिए दर दर की ठोकरें खा रहे हैं, लेकिन उनकी सार लेने और मदद करने वाला कोई भी दिखाई नहीं दे रहा। इतना ही नहीं, कैंसर ने कई घरों को एकदम से उजाड़ कर रख दिया और ना जाने ऐसे कितने घर अभी भी मौजूद हैं जिनमें कैंसर की बीमारी से पीड़ित लोग मौत और खौफ के साए में अपना जीवन व्यतीत कर रहे हैं। हैरानी की बात तो ये है कि ये गांव बॉर्डर से केवल 3 किलोमीटर पीछे सरहदी इलाके में पड़ता है, जहां अभी तक प्रशासनिक अधिकारी कैंसर से होने वाली मौतों का आंकड़ा ही गिन रहे हैं और हाथ पे हाथ धरे कैंसर पीड़ितों की मौत का केवल दूर से ही तमाशा देख रहे हैं। लेकिन अब तक किसी ने ये जानने की कोशिश नहीं की कि कैंसर से होने वाली मौतों के पीछे असल वजह आखिर है क्या। बीते कुछ दिनों के अंतराल में ही जहां लगातार 4 से 5 लोगों की कैंसर की वजह से हुई मौत का ताजा मामला सामने आया, जहां कैंसर से हुई मौत के पीड़ित परिवारों ने अपना दर्द बयां किया, वहीं उन्होंने सरकारी अधिकारियों पर भी उनकी खैर खबर ना लेने के दोष लगाए हैं। ਫਰੀਦਗੜ੍ਹ ਲੈ ਜਾਓ, ਫਿਰ ਉੱਥੇ ਜਾ ਕੇ ਪਤਾ ਚੱਲਿਆ ਵੀ ਆ ਕੈਂਸਰ ਹੈ। ਪੀਸ ਭੇਜਿਆ ਉਹਨਾਂ ਨੇ ਬੰਦੇ। ਤੇ ਕਿੰਨੇ ਚਿਰ ਤੋਂ ਕੈਂਸਰ ਸੀ ਇਹ? ਬਸ ਮਹੀਨੇ ਪਤਾ ਤੇ 3 ਕੁ ਮਹੀਨੇ ਹੋ ਗਏ ਯਾਰ। 3 ਮਹੀਨੇ ਪਤਾ ਲੱਗਿਆ? ਹਾਂ ਪਤਾ ਲੱਗਿਆ। ਉਸ ਤੋਂ ਬਾਅਦ ਇਹਨਾਂ ਦੀ ਡੈਥ ਹੋ ਗਈ? ਹਾਂ ਡੈਥ ਹੋ ਗਈ। ਕੈਂਸਰ ਨਾਲ ਹੋਰ ਵੀ ਲੋਕ ਨੇ ਪੀੜਿਤ? ਹਾਂ ਹੈਗੇ ਹੋਰ ਵੀ। ਕਿੰਨੇ ਕੁ ਲੋਕ ਹੋਣੇ? 3-4 ਤੇ ਹੋਣੇ, ਥੋੜੇ ਦਿਨਾਂ ਦੇ ਵਿੱਚ ਹੀ ਹੋ ਗਏ ਇਹਨਾਂ ਨੂੰ। ਕਿੰਨੀਆਂ ਕੁ ਮੌਤਾਂ ਹੋ ਗਈਆਂ ਕੈਂਸਰ ਨਾਲ? 4 ਮੌਤਾਂ ਦੇ ਹੋ ਗਈਆਂ। ਤੇ ਕਿੰਨੇ ਲੋਕ ਇੱਥੇ ਤੁਹਾਡੇ ਇਸ ਇਲਾਕੇ ਦੇ ਵਿੱਚ ਪੀੜਿਤ ਹੋਣੇ ਕੈਂਸਰ ਦੇ ਨਾਲ? ਅਜੇ ਹੋਰ ਵੀ ਹੈਗੇ ਨੇ। ਹੈਗੇ ਆ? ਹਾਂਜੀ। ਤੇ ਕੀ ਵਜ੍ਹਾ ਕੀ ਲੱਗਦੀ ਹੈ ਜਿਹੜੀ ਮੌਤਾਂ ਹੋਈਆਂ ਕੈਂਸਰ ਦੇ ਨਾਲ? ਇਹ ਪਾਣੀ ਤੋਂ ਲੱਗਦਾ ਹੈ, ਇਹਦੇ ਪਾਣੀ ਪੀਣੇ ਲੱਗਦਾ ਪਿਆ ਸਾਨੂੰ, ਤੇ ਪਾਣੀ ਨਹੀਂ ਠੀਕ ਹੈਗਾ। ਜਿਸ ਤਰ੍ਹਾਂ ਇੱਥੇ ਮੌਤਾਂ ਹੋ ਗਈਆਂ ਬਾਰਡਰ ਦੇ ਨਾਲ ਲੱਗਦਾ ਇਲਾਕਾ, ਇਹਦੇ ਵਿੱਚ ਹਾਲੇ ਤੱਕ ਕੋਈ ਸਰਕਾਰੀ ਪ੍ਰਸ਼ਾਸਨ ਦਾ ਅਧਿਕਾਰੀ ਜਾਂ ਕੋਈ ਵੀ? ਕੋਈ ਨਹੀਂ ਆਇਆ, ਕਿਸੇ ਨੇ ਨਹੀਂ ਪੁੱਛਿਆ ਕਿ ਸਾਡਾ ਤਾਂ ਬੰਦਾ ਵੀ ਚਲਾ ਗਿਆ ਕੈਂਸਰ ਨਾਲ, ਕੋਈ ਨਹੀਂ ਆਇਆ ਸਾਡੇ ਘਰੇ, ਨਾ ਕੋਈ ਕਿਸੇ ਕੋਈ ਆਉਂਦਾ ਹੀ, ਇਹਨੇ ਸਾਹ ਨਹੀਂ ਲਈ ਆ ਕੇ ਸਾਡੀ ਦੇ। ਇਹਨਾਂ ਦੇ ਇਲਾਜ ਫਿਰ ਕਿਸ ਤਰ੍ਹਾਂ ਤੁਸੀਂ ਕਰਵਾਇਆ? ਇਲਾਜ ਤਾਂ ਅਸੀਂ ਬੜਾ ਕਰਵਾਇਆ, ਬੜੇ ਭੱਜੇ ਦੌੜੇ ਰਿਹਾ ਤੇ ਬਹੁਤ ਪੈਸਾ ਲਾਤਾ। ਜਦੋਂ ਐਂਡ ਤੇ ਦੱਸ ਦਿੱਤਾ ਕੈਂਸਰ ਹੈ, ਕੈਂਸਰ ਦਾ ਸਾਰੇ ਇਹਨਾਂ ਦੇ ਖਾਨੇ ਭਰੇ ਹੋਏ ਸੀ, ਪਤਾ ਕਿਵੇਂ ਚੱਲੇ, ਉਹ ਕਹਿੰਦੇ ਬੱਚਨ ਦੀ ਮੀਂਹ ਦੀ ਨਹੀਂ, ਅਸੀਂ ਤਾਂ ਬਹੁਤ ਲਾਤਾ ਪੈਸਾ। ਕੈਂਸਰ ਪੀੜਿਤਾਂ ਮਰੀਜ਼ਾਂ ਨੂੰ ਜਿਹੜੀ ਸਹੂਲਤਾਂ ਦਿੱਤੀਆਂ ਜਾਂਦੀਆਂ, ਤੁਹਾਨੂੰ ਹਾਲੇ ਤੱਕ ਕੁਛ ਨਹੀਂ ਮਿਲਿਆ? ਕੰਧ ਕੁਛ ਨਹੀਂ ਮਿਲਿਆ, ਕੁਛ ਨਹੀਂ ਮਿਲਿਆ। ਤੇ ਇਲਾਜ ਤੁਸੀਂ ਜਿਹੜਾ ਕਰਾਇਆ? ਆਪਣੇ ਪੈਸੇ ਨਾਲ ਸਾਰਾ ਹੋਇਆ ਸਾਡਾ ਇਲਾਜ। ਸਰਕਾਰ ਨੂੰ ਕੋਈ ਮਦਦ ਨਹੀਂ ਮਿਲੀ? ਕੁਛ ਨਹੀਂ ਮਿਲਿਆ। ਹੁਣ ਕੀ ਕਹਿਣਾ ਚਾਹੋਗੇ ਸਰਕਾਰ? ਕਹਿੰਦੇ ਸਾਡੀ ਮਦਦ ਕੀਤੀ ਜਾਵੇ, ਜੋ ਪਾਣੀ ਦੀ ਇਹ ਵੀ ਠੀਕ ਕੀਤਾ ਜਾਵੇ, ਅੱਗੇ ਜੋ ਸਾਡੇ ਨਾਲ ਤਾਂ ਹੋ ਗਿਆ, ਅੱਗੇ ਤਾਂ ਕੋਈ ਨਾਲ ਨਾ ਹੋਵੇ, ਸਾਡੇ ਨਾਲ ਤਾਂ ਹੋ ਗਿਆ। ਮੇਰਾ ਅੱਗੇ ਵੀ ਇੱਕੋ ਹੀ ਬੇਟਾ, ਨਾ ਮੇਰਾ ਕੋਈ ਹੋਰ ਬੇਟਾ ਨਾ ਬੇਟੀ ਹੈ, ਇੱਕ ਹੀ ਮੇਰਾ ਹੈਗਾ, ਅੱਗੇ ਸਾਡਾ ਕੁਛ ਨਹੀਂ ਰਿਹਾ ਹੈਗਾ। ਕੈਂਸਰ ਦੀ ਪ੍ਰੋਬਲਮ ਸੀ, 6 ਕੁ ਮਹੀਨੇ ਜੀ ਇਲਾਜ ਕਰਾਇਆ, ਫਰੀਦਕੋਟ ਲੈ ਗਏ, ਪਰ ਪੈਸੇ ਤਾਂ ਉੱਥੇ ਸਾਡੇ ਆਪਦੇ ਲੱਗੇ, ਸਰਕਾਰ ਵੱਲੋਂ ਮਦਦ ਨਹੀਂ ਮਿਲੀ। ਉਸ ਤੋਂ ਬਾਅਦ ਘਰ ਲਿਆ ਤਾਂ ਸੇਕੇ ਲੱਗਦੇ ਸੀ, ਸੇਕੇ ਲਵਾਏ, ਉਸ ਤੋਂ ਬਾਅਦ ਖਾਣਾ ਪੀਣਾ ਛੱਡਤਾ ਸੀ, ਅਤੇ ਫਿਰ ਮੌਤ ਹੋ ਗਈ। ਕਦੋਂ ਕੁ ਮੌਤ ਹੋਈ ਇਹਨਾਂ ਦੀ? ਇਹਨਾਂ ਦੀ 5 ਤਰੀਕ ਨੂੰ ਹੋਈ, 5 ਜੁਲਾਈ। ਇੱਥੇ ਕੈਂਸਰ ਨਾਲ ਹੋਰ ਵੀ ਮਰੀਜ਼ ਪੀੜਿਤ ਨੇ? ਹਾਂਜੀ ਹਾਂਜੀ, ਇੱਕ ਹੋਰ ਆਈ, 4 ਤਾਂ ਡੈਥ ਹੋ ਗਈ, 4 ਲੋਕਾਂ ਦੀ ਹੋ ਗਈ। ਹਾਂਜੀ ਹਾਂਜੀ। ਇਹ ਵਜ੍ਹਾ ਕਾਰਨ ਕੀ ਲੱਗਦਾ ਵੀ ਕੈਂਸਰ ਇਹਨਾਂ ਨੂੰ ਕਿਸ ਵਜ੍ਹਾ ਨਾਲ ਹੋਇਆ, ਕਿਵੇਂ ਹੋਇਆ? ਕੈਂਸਰ ਹੀ, ਸਾਡਾ ਪਾਣੀ ਬਹੁਤ ਖਰਾਬ ਆ, ਪਾਣੀ ਨਾਲ ਕਿਤੇ ਸਹੀ ਨਹੀਂ ਗਾ, ਮਜ਼ਬੂਰੀ ਨਾਲ ਪੀਂਦੇ ਪਾਣੀ। ਪ੍ਰਸ਼ਾਸਨਿਕ ਕੋਈ ਅਧਿਕਾਰੀ ਜਾਂ ਕਰਮਚਾਰੀ ਕੋਈ ਪਾਣੀ ਚੈੱਕ ਕਰਨ ਆਇਆ, ਕੋਈ ਆਇਆ? ਨਹੀਂ, ਅਜੇ ਤਾਂ ਕੋਈ ਨਹੀਂ ਆਇਆ ਜੀ। ਇਸ ਬਾਰੇ ਕਰੀ ਆਵਾਜ਼ ਚੁੱਕੀ ਹੈ? ਚੁੱਕੀ ਆ ਜੀ, ਕੋਈ ਆਉਂਦਾ ਹੀ ਨਹੀਂ ਇੱਥੇ, ਕੋਈ ਨਹੀਂ। ਮੰਗ ਕੀ ਕਰਦੇ ਹੋ? ਮੰਗ, ਸਾਡਾ ਪਾਣੀ ਸਾਫ਼ ਕਰਾ, ਸਾਡੀ ਮਦਦ ਕਰਨ, ਜਿਹੜੇ ਸਾਡੇ ਇਲਾਜ 'ਚ ਪੈਸੇ ਪੂਏ ਲੱਗੇ, ਥੋੜ੍ਹੇ ਬਹੁਤ ਸਰਕਾਰ ਮਦਦ ਕਰੇ। ਇੱਥੇ ਪਾਣੀ ਪੀਣ ਯੋਗ ਨਹੀਂ? ਪੀਣ ਯੋਗ ਨਹੀਂ ਹੈਗਾ ਜੀ, ਮਜ਼ਬੂਰੀ ਨਾਲ ਪੀਂਦਾ ਜੀ, ਹੈ ਹੀ ਨਹੀਂ ਪਾਣੀ, ਕਿੱਥੋਂ ਲੈਣ ਜਾਈਏ? ਸਰਕਾਰ ਤੋਂ ਮੰਗ ਕਰਦੇ, ਆਰ ਓ ਵਗੈਰਾ ਪਾਣੀ ਭੇਜੋ ਇੱਥੇ। ਬਸ 2-3 ਮਹੀਨੇ ਸੇ ਵੀ ਜਾਮ ਪੇ ਜਾਤੇ ਥੇ, ਇਨਕੋ ਘਬਰਾਹਟ ਹੋਣੇ ਲੱਗ ਜਾਤੀ ਥੀ, ਤੋ ਬਸ ਤਬ ਹਮਨੇ ਇਨਕੋ ਡਾਕਟਰ ਕੋ ਦਿਖਾਇਆ, ਡਾਕਟਰ ਕਹਤੇ ਵੀਕਨੈਸ ਆ ਗਈ ਹੈ, ਸ਼ਾਇਦ ਕਾਮ ਕਰਨੇ ਜਾ ਰਹੇ ਹੈ, ਤੋ ਜਬ ਵੀ ਇਸਕੇ ਮਾਮਾ ਆਏ, ਉਨ੍ਹਾਂ ਨੇ ਟੈਸਟ ਵਗੈਰਾ ਕਰਾਏ ਥੇ। ਤੋ ਅਭੀ ਆਪਕੋ ਕਿਆ ਕੋਈ ਸਰਕਾਰੀ ਮਦਦ ਮਿਲੀ? ਨਹੀਂ ਨਹੀਂ, ਕੋਈ ਨਹੀਂ।
तो फिर कैसे गुजारा चल रहा है अभी? बस बहन भाइयों से कर्जा पकड़ा हुआ है, सब रिश्तेदारों से। आपके गांव में मेन बात सामने आ रही है कि यहाँ पे कैंसर बहुत ज्यादा है। हाँ जी, उसकी मेन वजह निकली अभी तक? अभी तो किसी ने कुछ भी निकाली, आप ही एक दूसरे को कह रहे कि शायद पानी की प्रॉब्लम है। कितनी डेथ हो चुकी है अभी तक? 4-5 मौतें हो गई अभी थोड़े दिन के अंदर इसी कैंसर की। हाँ जी, कैंसर की वजह से। जब इस बारे में सैनी वाला वर्षा गांव के सरपंच शिव कुमार से बात की तो उनका कहना था कि ये बीमारी पिछले 1.5 साल से ज्यादा बढ़ गई है, जिसकी तरफ प्रशासन का बिल्कुल भी ध्यान नहीं है। दिक्कत है पिछले 1.5-2 साल के विच बहुत ज्यादा आ गई भी, या तो पानी की दिक्कत हैगी या कोई और प्रॉब्लम है, ये प्रशासन ही दस दिया की होया है। पिछले 1-1.5 साल हाकम प्रशासन का इधर बिल्कुल ध्यान नहीं गया। पिछले डाटा यूरा थोड़े पिंड डाटर साहब की विजिट होगी, अभी पानी बाद प्रोसैस पता लगे कि असली कारण की है इन्हें मौतों का। बाकी हाले तक ऑफिशियली क्लियर तो कुछ नहीं होया भी की कारण की वजह है, कैंसर इन्ना वध क्यों रहा है। शहीदा धरती ने एक जुड़िया पिंड है, पिंड सैनी वाला वर्षा, पर फिर भी प्रशासन इस वक्त बिल्कुल गौर नहीं कर रहा। बॉर्डर के बिल्कुल 3 किलोमीटर अंदर अभी बैठे हैं पर प्रशासन की कोई सुनवाई नहीं। ਤੁਸੀਂ ਇਸ ਪਾਣੀ ਨੂੰ ਲੈ ਕੇ ਕਦੀ ਮੁੱਦਾ ਚੱਕਣ ਦੀ ਕੋਸ਼ਿਸ਼ ਕੀਤੀ? ਹਾਂਜੀ ਬਿਲਕੁਲ, 2-3 ਵਾਰੀ ਅਸੀਂ ਮਿਲੇ ਵੀ ਗਏ, ਸੈਨੀਟੇਸ਼ਨ ਭਾਰ ਨਾਲ ਵੀ ਮਿਲੇ, ਪਰ ਕੋਈ ਰਿਸਪੋਂਸ ਨਹੀਂ ਕਰਦਾ। ਵਹੀਂ ਜਬ ਦੂਸਰੀ ਔਰ ਫਿਰੋਜ਼ਪੁਰ ਕੇ ਹੁਸੈਨੀ ਵਾਲਾ ਵਰਸ਼ਵ ਗਾਂਵ ਮੇਂ ਕੈਂਸਰ ਸੇ ਹੋ ਰਹੀ ਮੌਤੋਂ ਕੇ ਬਾਰੇ ਮੇਂ ADC ਗੁਰਮੀਤ ਸਿੰਘ ਮੁਲਤਾਨੀ ਸੇ ਬਾਤ ਕੀ ਤੋ ਉਨ੍ਹੋਨੇ ਕਿਆ ਕਹਾ, ਆਪ ਖੁਦ ਹੀ ਸੁਣ ਲੀਜੀਏ। ਹਾਂ, ਪਿਛਲੇ ਕਾਫੀ ਕੁਛ ਦਿਨਾਂ ਤੋਂ ਜਿਹੜੇ ਕੈਂਸਰ ਦੇ ਇੰਸੀਡੈਂਟਸ ਨੇ ਸਾਨੂੰ ਸਾਡੇ ਫਿਰੋਜ਼ਪੁਰ ਜ਼ਿਲ੍ਹੇ ਦੇ ਵਿੱਚ ਸਰਹੱਦੀ ਇਲਾਕੇ ਦੇ ਵਿੱਚ ਸਾਡੇ ਨੋਟ 'ਚ ਆਏ ਨੇ, ਖਾਸ ਕਰਕੇ ਹੁਸੈਨੀ ਵਾਲਾ ਵਰਕਸ਼ਾਪ ਦੇ ਲਾਗੇ ਉੱਥੇ 10-15 ਮੌਤਾਂ ਜਿਹੜੀਆਂ ਨੇ ਪਿਛਲੇ ਕੁਛ ਸਮੇਂ ਤੋਂ ਹੋਈਆਂ ਨੇ। ਪ੍ਰਸ਼ਾਸਨ ਨੇ ਇਸ ਦਾ ਨੋਟਿਸ ਲੈਂਦੇ ਹੋਏ ਹੀ ਐਕਸੀਅਨ ਵਾਟਰ ਸਪਲਾਈ, ਰੂਰਲ ਵਾਟਰ ਸਪਲਾਈ ਨੂੰ ਕਿਹਾ ਕਿ ਉਹ ਪਾਣੀ ਦੇ ਸਾਰੇ ਸੈਂਪਲ ਭਰੇ, ਉਹ ਸੈਂਪਲ ਟੈਸਟ ਕੀਤੇ ਜਾਣਗੇ। ਜੇ ਸਰਕਾਰ ਨੂੰ ਫਿਰ ਸਰਕਾਰ ਨੂੰ ਇਹਦਾ ਭੇਜਿਆ ਜਾਏਗਾ ਵੀ ਉੱਥੇ ਡੀਪ ਲੈਵਲ ਵਾਟਰ ਜਿਹੜਾ ਹੈਗਾ ਉਹਨੂੰ ਟੈਸਟ ਕਰਕੇ ਰਿਵੀਜ਼ਨ ਕੀਤੀ ਜਾਵੇ। ਇਸ ਦੇ ਨਾਲ ਹੀ ਆਪਣੇ ਸਿਵਲ ਸਰਜਨ ਫਿਰੋਜ਼ਪੁਰ ਨੂੰ ਵੀ ਕਿਹਾ ਗਿਆ ਕਿ ਉਹ ਜਾ ਕੇ ਪਿੰਡਾਂ ਦਾ ਸਾਰਿਆਂ ਦਾ ਸਰਵੇ ਕਰੇ ਕਿ ਵਾਕਿਆ ਕੋਈ ਹੋਰ ਪਾਣੀ ਤੋਂ ਬਿਨਾਂ ਕੋਈ ਹੋਰ ਰੀਜ਼ਨ ਤਾਂ ਨਹੀਂ ਹੈਗਾ ਇਸ ਚੀਜ਼ ਦਾ। ਸੋ ਜੋ ਵੀ ਸਾਹਮਣੇ ਆਏਗਾ ਉਸ ਮੁਤਾਬਕ ਜਿਹੜਾ ਪ੍ਰਸ਼ਾਸਨ ਕਾਰਵਾਈ ਕਰੇ। ਸਰ, ਲੋਕਾਂ ਨੂੰ ਇਲਾਜ ਕਰਨ ਲਈ ਦੂਰ ਜਾਣਾ ਪੈਂਦਾ, ਕੀ ਪ੍ਰਸ਼ਾਸਨ ਦਾ ਕੋਈ ਇਹਦੇ ਵੱਲ ਧਿਆਨ ਹੈਗਾ ਵੀ ਉਹਨਾਂ ਦਾ ਇਲਾਜ ਇੱਥੇ ਹੋ ਸਕੇ, ਮੁਫ਼ਤ ਹੋ ਸਕੇ? ਨਹੀਂ, ਅਸੀਂ ਸਿਵਲ ਸਰਜਨ ਇਸ ਬਾਰੇ ਜਿਹੜੇ ਹੈ ਬੰਦੋਬਸਤ ਕਰਨ ਲਈ ਕਿਹਾ। ਤੁਸੀਂ ਪੜ੍ਹਿਆ ਹੀ ਹੋਣਾ ਕੁਛ ਦਿਨਾਂ ਤੋਂ ਕਿ ਪਿਛਲੇ ਸਮੇਂ ਦੇ ਵਿੱਚ ਪੰਜਾਬ ਕੈਬਨਿਟ ਨੇ PGI ਦਾ ਜਿਹੜਾ ਹੈਗਾ ਇੱਥੇ ਇੱਕ ਸੈਂਟਰ 25 ਏਕੜ ਦੇ ਵਿੱਚ ਮਨਜ਼ੂਰ ਹੋ ਗਿਆ, ਬਹੁਤ ਜਲਦੀ ਉਹਦੀ ਕੰਸਟਰਕਸ਼ਨ ਜਿਹੜੀ ਸ਼ੁਰੂ ਹੋ ਰਹੀ ਹੈ। ਉਹ ਇਸੇ ਕਰਕੇ ਹੋ ਰਹੀ ਹੈ ਕਿ ਜਿਹੜਾ ਫਿਰੋਜ਼ਪੁਰ ਹੈ ਇਹ ਡਟੰਗੇ ਹੋਸਪਿਟਲ ਹੈਗੇ ਨੇ ਜਿੱਦਾਂ ਚੰਡੀਗੜ੍ਹ ਜਾਂ ਲੁਧਿਆਣੇ ਦਾ ਤੋਂ ਦੂਰ ਪੈਂਦਾ, ਤਾਂ ਕਿ ਲੋਕਾਂ ਨੂੰ ਬਰੂਹਾਂ ਦੇ ਉੱਤੇ ਜਿਹੜਾ ਮੈਡੀਕਲ ਜਿਹੜਾ ਫੈਸਿਲਿਟੀ ਦਿੱਤੀ ਜਾ ਸਕੇ। ਸੋ ਅਸੀਂ ਇਸ ਬਾਰੇ ਜਿਹੜਾ ਜਾਣੂ ਹੈਗੇ ਹਾਂ ਔਰ ਪੰਜਾਬ ਸਰਕਾਰ ਇਸ ਬਾਰੇ ਪੂਰਾ ਪ੍ਰਬੰਧ ਕਰ ਰਹੀ ਹੈ। ਫਿਰੋਜ਼ਪੁਰ ਸੇ ਜਾਗਰਤੀ ਲਹਿਰ ਕੇ ਲੀਏ ਪੰਕਜ ਕੁਮਾਰ ਕੀ ਰਿਪੋਰਟ।